ਅਸਲਾਮੁਅਲੈਕੁਮ ਦੋਸਤੋ, ਅੱਜ ਤੁਹਾਨੂੰ ਅਸੀਂ ਵਿਖਾਉਂਦੇ ਹਾਂ ਪੇਂਡੂ ਮਾਹੌਲ। ਇਹ ਵੇਖੋ, ਇਮਰਾਨ ਭਾਈ ਨੇ ਪੱਠੇ ਵੱਢਦੇ ਵੱਢਦੇ ਦੀ ਕਮੀਜ਼ ਪਾੜ ਗਈ ਕੱਚ ਤੋਂ, ਕੰਮ ਜਵਾਨੀ ਚੜਿਆ ਨਵਾਂ ਨਵਾਂ। ਲਓ ਭਾਈ, ਆ ਬਿਲਾਲ ਭਾਈ ਨੇ ਅਤੇ ਇਮਰਾਨ ਭਾਈ ਨੇ 10-15 ਮਿੰਟ ਲੱਗੇ ਨੇ ਅਤੇ ਇੰਨੇ ਪੱਠੇ ਨਾਲ ਵੱਢ ਲੈਣਾ। ਵੇਖ ਲਓ ਕਿੰਨਾ ਟੱਕ ਕਿੱਥੇ ਲਗਾਇਆ ਨੇ ਇਹ ਭਾਈ। ਹੁਣ ਜਾਣ ਦੇ ਟੋਕੇ ਦੇ ਵਿੱਚ ਕੁਤਰ ਕੇ, ਤੂੜੀ ਵਿੱਚ ਮਿਕਸ ਕਰਕੇ ਜਾਨਵਰਾਂ ਨੂੰ ਫਿਰ ਪਾਉਣ ਦੇ, ਅਤੇ ਮਿਹਨਤੀ ਬੜੇ ਨੇ ਮਾਸ਼ਾਅੱਲਾ। ਇਹਨਾਂ ਨੇ ਹੋਰ ਵੀ ਜਾ ਕੇ ਬੜਾ ਕੰਮ ਕਰਨਾ, ਆਲੇ ਨਾਲ ਰੈਮਿਡ ਜਾਣਾ, ਰੈਮਿਡ ਜਾ ਕੇ ਮਸਾਲਾ ਮਸੂਲਾ ਲਿਆਉਣਾ ਕੁਰਬਾਨੀ ਦੇ ਬੱਕਰਿਆਂ ਨੂੰ ਈਦ ਵਾਸਤੇ, ਅਤੇ ਜਿਹੜੀ ਕੁਰਬਾਨੀ ਨਾ ਕਰਨੀ। ਅਤੇ ਨਾਲ ਹੀ ਭਾਈ ਆ ਵੇਖੋ, ਰੂੜੀ ਸੱਟੀ ਜਾਂਦੇ ਨੇ ਥੱਲੇ, ਤਾਂ ਕਿ ਜਿਹੜੀ ਜਿਹੜੀ ਪਹਿਲੀ ਵਿਹਲੀ ਹੁੰਦੀ ਹੈ ਪਿੱਛੇ ਰੂੜੀ ਸੱਟੀ ਜਾਂਦੇ ਨੇ, ਫਿਰ ਇਹਨਾਂ ਨੂੰ ਵਾਹ ਕੇ ਇੰਜੀ ਬੜੀ ਅੱਛੀ ਫਸਲ ਹੁੰਦੀ ਆ। ਉਹ ਪਰਾਂ ਜਵਾਰ ਬੀਜ ਦਿੱਤੀ, ਇਹ ਵੀ ਛੋਟੀ ਛੋਟੀ ਹਲੇ। ਲਓ ਭਾਈ ਆ ਵੇਖੋ, ਕੱਟੀ ਇੱਥੇ ਪੱਠੇ ਖਾਧੀ, ਅੱਧੀ ਤਾਂ ਇੱਥੇ ਰੱਜ ਜਾਂਦੀ, ਅਤੇ ਭਾਈ ਇਹਦੇ ਜਾਂਦੇ ਜਾਂਦੇ ਹਜ਼ਮ ਵੀ ਹੋ ਜਾਂਦਾ ਜਿੰਨਾ ਜ਼ੋਰ ਲਾਉਣ ਦੀ। ਇਹ ਵੇਖੋ, ਅਤੇ ਇਹ ਮਾਸ਼ਾਅੱਲਾ ਘੋੜੇ ਜਾਨਵਰ ਖੋਤੇ ਖੱਚਰਾਂ ਨਾਲੋਂ ਜ਼ਿਆਦਾ ਜ਼ੋਰ ਲਾਉਂਦੇ ਨੇ ਜਾਨਵਰ, ਜਿਹੜਾ ਮੱਝ ਕੱਟੀ ਹੋ ਗਈ। ਅਤੇ ਇਹਨਾਂ 'ਤੇ ਜਿੰਨਾ ਮਰਜ਼ੀ ਭਾਵੇਂ 40-50 ਮਨ ਵਜ਼ਨ ਲਾ ਦਿਓ ਨਾ, ਫਿਰ ਵੀ ਲਾ ਜਾਣਾ। ਇਹ ਹੁਣ ਪਿੱਛੇ ਖੜਾ ਇੰਤਜ਼ਾਰ ਕਰਦਾ ਪਿਆ ਵੀ ਉਹ ਪਿੱਛੇ ਹਟੇ ਅਤੇ ਮੈਂ ਆਪਦੀ ਢੇਰੀ ਲਾਵਾਂ ਪੂਰੇ ਵੱਲ ਦੇ ਕੇ, ਤਾਂ ਕਿ ਡਿੱਗਣ ਨਾ। ਇਹ ਵੇਖੋ, ਇਹ ਤਜਰਬਾ ਹੁੰਦਾ ਲੱਦਣ ਦਾ। ਇਹਨਾਂ ਉੱਤੇ ਭਾਵੇਂ ਜਿੰਨੇ ਮਰਜ਼ੀ ਟਰਾਲਾ ਪੱਠਿਆਂ ਲਾ ਦਿਓ ਰੇਹੜੀ ਉੱਤੇ, ਰੇਹੜੀ ਟੁੱਟ ਜਾਏਗੀ ਪਰ ਪੱਠੇ ਨਹੀਂ ਡਿੱਗਣ ਦੇ। ਐਂ ਵੇਖੋ।